ਵਿਧਾਨ ਸਭਾ ਜ਼ਿਮਨੀ ਚੋਣਾਂ ਨਜ਼ਦੀਕ ਨੇ, ਗਿੱਦੜਬਾਹਾ ਦੀ ਚੋਣ ਆਉਣ ਵਾਲੀ ਹੈ ਔਰ ਇਸੇ ਨੂੰ ਲੈ ਕੇ ਸੰਸੇ ਬਣੇ ਹੋਏ ਨੇ ਕਿ ਹੁਣ ਕੀ ਵਾਲਾ। ਸ਼੍ਰੋਮਣੀ ਅਕਾਲੀ ਦਲ ਦੀ ਸੀਨੀਅਰ ਲੀਡਰਸ਼ਿਪ ਗਿੱਦੜਬਾਹਾ ਦੇ ਗੇੜੇ ਕੱਢ ਰਹੀ ਹੈ, ਕਾਂਗਰਸ ਦੀ ਸੀਨੀਅਰ ਲੀਡਰਸ਼ਿਪ ਗਿੱਦੜਬਾਹਾ ਦੇ ਗੇੜੇ ਕੱਢ ਰਹੀ ਹੈ, ਆਮ ਆਦਮੀ ਪਾਰਟੀ ਵੱਲੋਂ ਡੈਲੀਗੇਸ਼ਨਸ ਜਿਹੜੀਆਂ ਨੇ ਉਹ ਗੇੜੇ ਕੱਢ ਰਹੀਆਂ ਨੇ ਔਰ ਇਸੇ ਨੂੰ ਲੈ ਕੇ ਇਹ ਸਮਝਿਆ ਜਾ ਸਕਦਾ ਕਿ ਪ੍ਰੈਸ਼ਰ ਗਿੱਦੜਬਾਹਾ ਦੇ ਵਿੱਚ ਕਿੰਨਾ ਬਣਿਆ ਪਿਆ। ਪ੍ਰੈਸ਼ਰ ਬਣੇ ਵੀ ਕਿਉਂ ਨਾ, ਕਿਉਂਕਿ ਗਿੱਦੜਬਾਹਾ ਇੱਕ ਇਹੋ ਜਿਹੀ ਕੌਂਸਟੀਟੂਐਂਸੀ ਰਹੀ ਹੈ ਜਿਹਦੇ ਉੱਤੇ ਅਕਾਲੀ ਦਲ ਵੀ ਉਸੇ ਤਰ੍ਹਾਂ ਭਾਰੀ ਰਹੇ ਨੇ ਜਿਸ ਤਰ੍ਹਾਂ ਕਾਂਗਰਸ ਪਾਰਟੀ ਰਹੀ ਹੈ। ਰਾਜਾ ਵੜਿੰਗ ਨੇ ਭਾਵੇਂ ਗਿੱਦੜਬਾਹਾ ਜ਼ਰੂਰ ਸਾਂਭਿਆ, ਲੰਮੇ ਸਮੇਂ ਲਈ ਸਾਂਭਿਆ, ਪਰ ਉਹਨਾਂ ਤੋਂ ਪਹਿਲਾਂ ਸਰਦਾਰ ਪ੍ਰਕਾਸ਼ ਸਿੰਘ ਬਾਦਲ ਇੱਥੋਂ ਚੋਣ ਜਿੱਤਦੇ ਰਹੇ ਨੇ। ਅਕਾਲੀ ਦਲ ਦਾ ਝੰਡਾ ਇੱਥੇ ਲੰਮੇ ਸਮੇਂ ਲਈ ਬੁਲੰਦ ਰਿਹਾ ਔਰ ਹੁਣ ਵੀ ਜਦੋਂ ਰਾਜਾ ਵੜਿੰਗ ਇਲੈਕਸ਼ਨਸ ਜਿੱਤੇ ਨੇ ਇਸ ਦੇ ਬਾਵਜੂਦ ਅਕਾਲੀ ਦਲ ਨੇ ਉਹਨਾਂ ਨੂੰ ਜ਼ੋਰਦਾਰ ਟੱਕਰ ਦਿੱਤੀ ਹੈ। ਸਮਝਿਆ ਜਾ ਸਕਦਾ ਸੀਗਾ ਉਹਨਾਂ ਰਿਜ਼ਲਟਸ ਨੂੰ ਦੇਖ ਕੇ ਕਿ ਕਿੰਨਾ ਕੁ ਫਰਕ ਰਹਿ ਗਿਆ ਸੀ ਔਰ ਕਿੰਨੇ ਕੁ ਫਰਕ ਦੇ ਨਾਲ ਪੈਂਥਰਾ ਬਦਲ ਸਕਦਾ ਸੀਗਾ, ਪਾਸਾ ਬਦਲ ਸਕਦਾ ਸੀਗਾ ਔਰ ਰਾਜਾ ਵੜਿੰਗ ਜਿਹਨਾਂ ਦੀ ਚੜ੍ਹਾਈ ਦੋ ਵਾਰ ਰਹੀ ਹੈ ਇਸ ਸੀਟ ਤੋਂ ਉਹ ਆਪਣੀ ਸੀਟ ਗਵਾ ਸਕਦੇ ਸੀਗੇ। ਦੋਵਾਂ ਵਾਰ ਐਨ ਨਜ਼ਦੀਕੋਂ ਆ ਕੇ ਲੰਘੇ ਆ ਅੱਗੇ ਰਾਜਾ ਵੜਿੰਗ ਔਰ ਉਹ ਵੀ ਬੜੀ ਮੁਸ਼ਕਲ ਦੇ ਨਾਲ ਔਰ ਉਹਨਾਂ ਨੂੰ ਇਸ ਹੱਦ ਤੱਕ ਪੁਸ਼ ਕਰਨ ਵਾਲਾ ਲੀਡਰ ਹੋਰ ਕੋਈ ਨਹੀਂ ਸੀ ਸਗੋਂ ਹਰਦੀਪ ਸਿੰਘ ਡਿੰਪੀ ਢਿੱਲੋਂ, ਸ਼੍ਰੋਮਣੀ ਅਕਾਲੀ ਦਲ ਦਾ ਇੱਕ ਸੀਨੀਅਰ ਲੀਡਰ, ਇੱਕ ਇਹੋ ਜਿਹਾ ਲੀਡਰ ਜਿਹਦੇ ਉੱਤੇ ਅਜੇ ਵੀ ਭਰੋਸਾ ਜਿਤਾਇਆ ਜਾ ਸਕਦਾ ਹੈ ਕਿ ਹਰਦੀਪ ਸਿੰਘ ਡਿੰਪੀ ਢਿੱਲੋਂ ਪਾਰਟੀ ਨੂੰ ਸੀਟ ਦਿਵਾ ਸਕਦਾ। ਪਰ ਹੁਣ ਚਰਚਾਵਾਂ ਨੇ ਕਿ ਹਰਦੀਪ ਸਿੰਘ ਡਿੰਪੀ ਢਿੱਲੋਂ ਆਮ ਆਦਮੀ ਪਾਰਟੀ ਦਾ ਹੱਥ ਫੜ ਸਕਦੇ ਨੇ। ਕਹਿੰਦੇ ਕਿ ਆਮ ਆਦਮੀ ਪਾਰਟੀ ਦੀ ਨਿਗਾਹ ਹਰਦੀਪ ਸਿੰਘ ਡਿੰਪੀ ਢਿੱਲੋਂ ਦੇ ਉੱਤੇ ਹੈ। ਸੀਐਮ ਭਗਵੰਤ ਮਾਨ ਅਮੂਮਨ ਗੱਲਾਂ ਕਰਦੇ ਸੁਣਾਈ ਦਿੰਦੇ ਨੇ ਕਿ ਬਾਕੀ ਪਾਰਟੀਆਂ ਵਿੱਚ ਵੀ ਕੰਮ ਕਰਨ ਵਾਲੇ ਲੀਡਰ ਹੈ ਨੇ ਔਰ ਉਹਨਾਂ ਨੂੰ ਆਪਣੇ ਨਾਲ ਜੋੜਨਾ ਇੱਕ ਵੱਡੀ ਗੱਲ ਹੈ, ਇਹ ਮਾੜੀ ਗੱਲ ਨਹੀਂ ਹੈ। ਕਿਸੇ ਦਾ ਲੀਡਰ ਤੋੜਿਆ ਨਹੀਂ ਜਾ ਰਿਹਾ, ਸਗੋਂ ਕੰਮ ਕਰਨ ਵਾਲੇ ਲੀਡਰਾਂ ਨੂੰ ਕੰਮ ਕਰਨ ਵਾਲੀ ਪਾਰਟੀ ਦੇ ਵਿੱਚ ਲਿਆਂਦਾ ਜਾ ਰਿਹਾ, ਇਹ ਇੱਕ ਤਰਕ ਹਰ ਵਾਰੀ ਦਿੰਦੇ ਨਜ਼ਰ ਆਉਂਦੇ ਨੇ ਔਰ ਉਸੇ ਨੂੰ ਲੈ ਕੇ ਚਰਚਾਵਾਂ ਸੀ ਕਿ ਹਰਦੀਪ ਸਿੰਘ ਡਿੰਪੀ ਢਿੱਲੋਂ ਦੇ ਉੱਤੇ ਵੀ ਸੀਐਮ ਭਗਵੰਤ ਮਾਨ ਦੀ ਨਜ਼ਰ ਹੋ ਸਕਦੀ ਹੈ, ਸ਼ਾਇਦ ਉਹਨਾਂ ਨੂੰ ਵੀ ਪਾਰਟੀ ਦੇ ਵਿੱਚ ਲੈ ਆਉਂਦਾ ਜਾਵੇ। ਪਰ ਹਰਦੀਪ ਸਿੰਘ ਡਿੰਪੀ ਢਿੱਲੋਂ ਨੇ ਇਸ ਗੱਲ ਉੱਤੇ ਕਲੈਰਿਟੀ ਦੇ ਦਿੱਤੀ ਹੈ, ਇਸ ਗੱਲ ਦੇ ਉੱਤੇ ਗੱਲਬਾਤ ਕਰਦਿਆਂ ਉਹ ਕਹਿੰਦੇ ਨੇ ਕਿ ਉਹ ਅਕਾਲੀ ਦਲ ਦਾ ਹਿੱਸਾ ਸੀ, ਹੈ ਨੇ ਔਰ ਰਹਿਣਗੇ। ਇਹ ਵੱਡੀ ਗੱਲ ਹੈ ਆਪਣੇ ਆਪ ਦੇ ਵਿੱਚ, ਇਹੋ ਜਿਹੀ ਸਥਿਤੀ ਵਿੱਚ ਵੀ ਉਹ ਅਕਾਲੀ ਦਲ ਦਾ ਪੱਲਾ ਨਹੀਂ ਛੱਡਣ ਨੂੰ ਤਿਆਰ, ਪਰ ਅਜੇ ਇਹ ਗੱਲ ਉਹਨਾਂ ਦੇ ਵੱਲੋਂ ਕੀਤੀ ਗਈ ਹੈ। ਹੁਣ ਜਲੰਧਰ ਦਾ ਇਤਿਹਾਸ ਦੇਖ ਲਈਏ ਜੇ ਕੁਝ ਹੀ ਦੇਰ ਪਹਿਲਾਂ ਦਾ, ਉਹਦੇ ਵਿੱਚ ਜਦੋਂ ਸੁਸ਼ੀਲ ਕੁਮਾਰ ਰਿੰਕੂ ਨੇ ਆਮ ਆਦਮੀ ਪਾਰਟੀ ਛੱਡੀ ਸੀ ਤਾਂ ਗੁਰੂ ਘਰ ਦੇ ਬਾਹਰ ਖੜ੍ਹ ਕੇ ਉਹ ਕਹਿੰਦੇ ਸੀ ਕਿ ਇੱਦਾਂ ਦੀ ਕੋਈ ਗੱਲ ਨਹੀਂ ਹੈ, ਆਮ ਆਦਮੀ ਪਾਰਟੀ ਦਾ ਉਹ ਹਿੱਸਾ ਨੇ। ਸਿਟਿੰਗ MP ਹੁੰਦਿਆਂ ਸੁਣਦਿਆਂ ਉਹਨਾਂ ਨੇ ਇਹ ਦਾਅਵਾ ਕਰਕੇ ਕਿ ਉਹ ਇੱਦਾਂ ਨਹੀਂ ਕਰ ਰਹੇ, ਉਹਨਾਂ ਨੇ ਅੰਤ ਦੇ ਵਿੱਚ ਇਹ ਕਰ ਦਿੱਤਾ ਸੀ। ਯਾਨੀ ਕਿ ਸਿਆਸਤਦਾਨ ਜਿਹੜੇ ਨੇ ਉਹਨਾਂ ਦੀਆਂ ਕਈਆਂ ਗੱਲਾਂ ਅੱਜ ਕੱਲ੍ਹ ਜ਼ਿਆਦਾ ਕ੍ਰੈਡੀਬਲ ਨਹੀਂ ਕਹੀਆਂ ਜਾ ਰਹੀਆਂ। ਦੂਜੇ ਪਾਸੇ ਰਾਜਕੁਮਾਰ ਚੱਬੇਵਾਲ ਨੇ ਅਜੇ ਇੱਕ ਦਿਨ ਪਹਿਲਾਂ ਵਿਧਾਨ ਸਭਾ ਦੇ ਵਿੱਚ ਰੱਜ ਕੇ ਆਮ ਆਦਮੀ ਪਾਰਟੀ ਦੀ ਖਿਲਾਫਤ ਕਰ ਰਹੇ ਹੁੰਦੇ ਨੇ ਅਤੇ ਅਗਲੇ ਦਿਨ ਭਗਵੰਤ ਮਾਨ ਸਾਹਿਬ ਦੇ ਨਾਲ ਖੜ੍ਹ ਕੇ ਤਸਵੀਰ ਖਿਚਾਈ ਹੁੰਦੀ ਹੈ ਅਤੇ ਆਮ ਆਦਮੀ ਪਾਰਟੀ ਦੇ ਸੋਹਲੇ ਗਾ ਰਹੇ ਹੁੰਦੇ ਨੇ, ਕਿਤੇ ਨਾ ਕਿਤੇ ਇੱਥੇ ਆ ਕੇ ਕ੍ਰੈਡੀਬਿਲਟੀ ਜਿਹੜੀ ਹੈ ਉਹ ਲੈਕ ਕਰਦੀ ਨਜ਼ਰ ਆਉਂਦੀ ਹੈ। ਪਰ ਇਸ ਦੇ ਬਾਵਜੂਦ ਹਰਦੀਪ ਸਿੰਘ ਡਿੰਪੀ ਢਿੱਲੋਂ ਅਜੇ ਤਾਂ ਇਹ ਦਾਅਵਾ ਕਰ ਰਹੇ ਹੈ ਕਿ ਉਹ ਬਿਲਕੁਲ ਨਹੀਂ ਜਾਣਗੇ, ਉਹ ਕਹਿੰਦੇ ਨੇ ਕਿ ਉਹ ਆਮ ਆਦਮੀ ਪਾਰਟੀ ਦੇ ਨਾਲ ਜਾਂ ਕਿਸੇ ਪਾਰਟੀ ਦੇ ਨਾਲ ਨਹੀਂ ਜਾਣਗੇ, ਉਹ ਕਹਿੰਦੇ ਕਿ ਉਹਨਾਂ ਉਹ ਅਕਾਲੀ ਦਲ ਦਾ ਹਿੱਸਾ ਸੀ, ਨੇ ਅਤੇ ਰਹਿਣਗੇ। ਇਹ ਆਪਣੇ ਆਪ ਦੇ ਵਿੱਚ ਇੱਕ ਵੱਡਾ ਬਿਆਨ ਹੈ, ਪਰ ਕੀ ਇਸ ਬਿਆਨ ਦੇ ਉੱਤੇ ਡਿੰਪੀ ਢਿੱਲੋਂ ਖਰੇ ਉਤਰਨਗੇ, ਇਹ ਦੇਖਣ ਵਾਲੀ ਗੱਲ ਹੋਵੇਗੀ ਔਰ ਕੀ ਆਮ ਆਦਮੀ ਪਾਰਟੀ ਪਰਸੂਏਡ ਕਰ ਸਕੇਗੀ ਡਿੰਪੀ ਢਿੱਲੋਂ ਨੂੰ ਆਪਣੇ ਵੱਲ ਲਿਆਉਣ ਲਈ, ਦੇਖਣਾ ਹੋਵੇਗਾ। ਜੋ ਵੀ ਹੋਏਗਾ ਦੱਸਦੇ ਰਵਾਂਗੇ, ਬਣੇ ਰਹੋ ਵਨ ਇੰਡੀਆ ਪੰਜਾਬੀ। ਸਬਸਕ੍ਰਾਈਬ ਟੂ ਵਨ ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ।